ਮਿੱਟੀ ਦੇ ਜੰਮੇ ਹਾਂ ਮਿੱਟੀ ਹੋ ਜਾਣਾ ਮਿੱਟੀ ਹੋ ਜਾਣੀ ਹੈ ਹੱਡਾ ਦੀ ਸਵਾਜ ਹੀ ਕਿਉਂ ਨਾ ਉਹਨਾਂ ਬਾਰੇ ਸੋਚੀਏ ਜੋ ਗਰੀਬੀ ਰੇਖਾ ਤੋਂ ਹੇਠਾਂ ਹਨ ਜੋ ਲੋੜਵੰਦ ਹਨ ਜੈ ਸਿਵਾਏ ਗੁਰੂ ਦੀ ਕਿਰਪਾ ਨਾਲ ਰਜਮੀ ਰੋਟੀ ਰਹੇ ਆ ਖਾਜੀ ਰਜਮੀ ਰੋਟੀ ਰਹੇ ਆ ਖਾਜੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਦੋਸਤੋ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਬਹੁਤ ਸਾਰਾ ਪਾਣੀ ਆ ਗਿਆ ਗਲੀਆਂ ਮੁਹੱਲਿਆਂ ਚ ਪਾਣੀ ਆ ਗਿਆ ਉਜਾੜ ਕੇ ਰੱਖ ਦਿੱਤਾ ਔਰ ਹੈਰਾਨੀ ਵਾਲੀ ਗੱਲ ਇਹ ਸੀ ਗਲੀਆਂ ਮੁਹੱਲਿਆਂ ਸ਼ਹਿਰਾਂ 'ਚ ਤਾਂ ਪਾਣੀ ਸੀ ਔਰ ਜਿਹੜੇ ਲੋਕ ਨਾ ਉਮੀਦ ਹੋਏ ਸੀਗੇ ਉਹਨਾਂ ਦੀ ਅੱਖਾਂ ਵਿੱਚ ਵੀ ਪਾਣੀ ਸੀਗਾ ਔਰ ਉਸ ਸਮੇਂ ਇਹਨਾਂ ਨੂੰ ਸ਼ਾਇਦ ਇਹ ਵੀ ਮਹਿਸੂਸ ਹੋ ਰਿਹਾ ਸੀ ਕਿ ਰੱਬ ਨੇ ਵੀ ਇਹਨਾਂ ਤੋਂ ਅੱਖ ਫੇਰ ਲਈ ਪਰ ਨਹੀਂ ਜਿੱਥੇ ਰੱਬ ਆਪ ਨਹੀਂ ਪਹੁੰਚ ਸਕਦਾ ਉੱਥੇ ਉਹ ਕਿਸ ਨਾ ਕਿਸੇ ਦੀ ਡਿਊਟੀ ਲਵਾ ਦਿੰਦਾ ਔਰ ਨਮਾ ਸ਼ਹਿਰ ਏਰੀਆ ਵਿੱਚ ਆਵਾਜ਼ ਸੰਸਥਾ ਦੀ ਖਾਸ ਡਿਊਟੀ ਲੱਗੀ ਹੋਈ ਹੈ ਕਿ ਜਿਹੜੇ ਲੋਕ ਇਉਂ ਪ੍ਰਤੀਤ ਹੋ ਰਿਹਾ ਕਿ ਘਰੋਂ ਬੇਕਾਰ ਹੋ ਗਏ ਆ ਉਹਨਾਂ ਦਾ ਉਹਨਾਂ ਦੀ ਹੌਸਲਾ ਵਜ਼ਾਈ ਕਰਨੀ ਉਹਨਾਂ ਦੀ ਸਹਾਇਤਾ ਕਰਨੀ ਹੈ ਸਾਡੇ ਨਾਲ ਇੱਥੋਂ ਆਵਾਜ਼ ਟੀਮ ਤੋਂ ਇਕਬਾਲ ਜੀ ਮੌਜੂਦ ਨੇ ਸੇਵਾਦਾਰ ਹਨ ਖੁਦ ਨੂੰ ਆਪਣੇ ਆਪ ਨੂੰ ਇਹ ਕਹਿੰਦੇ ਕਿ ਮੈਂ ਸੇਵਾਦਾਰ ਹਾਂ ਮੇਰੇ ਕੋਲ ਕੋਈ ਅਹੁਦਾ ਨਹੀਂ ਸਿਵਾਏ ਸੇਵਾ ਦੇ ਹਰਜੀਤ ਸਿੰਘ ਸੋਤਾ ਜੀ ਨੇ ਔਰ ਬੜੀ ਦ੍ਰਿੜਤਾ ਨਾਲ ਬੜੀ ਦਲੇਰੀ ਦੇ ਨਾਲ ਬੜੀ ਇਮਾਨਦਾਰੀ ਨਾਲ ਇਨਸਾਨੀਅਤ ਦਾ ਜज्ਬਾ ਰੱਖਦੇ ਹੋਏ ਸੇਵਾ ਕਰਦੇ ਆ ਨਾਲ ਹਨ ਸਤਨਾਮ ਜਲਾਲਪੁਰ ਜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਔਰ ਆਵਾਜ਼ ਸੰਸਥਾ ਦੇ ਫਾਊਂਡਰ ਮੈਂਬਰ ਮੇਰੇ ਫਾਦਰ ਸਾਹਿਬ ਨੇ ਜੀ ਨਰੇਸ਼ ਸੂਰੀ ਸਰਪ੍ਰਸ ਨੇ ਆਵਾਜ਼ ਸੰਸਥਾ ਤੋਂ ਔਰ ਪਹਿਲਾਂ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੋਏ ਇਸ ਏਰੀਏ ਵਿੱਚ ਆ ਕੇ ਸੇਵਾ ਨਿਭਾਈ ਹੈ ਤਰਪਾਲਾ ਦਿੱਤੀਆਂ ਹਨ ਦੇਖੋ ਇਹ ਪ੍ਰੀ ਮੌਨਸੂਨ ਨਹੀਂ ਜਿਹੜੀ ਇੰਨੀ ਬਰਬਾਦੀ ਕਰ ਦਿੰਦੀ ਹੈ ਤਬਾਹੀ ਕਰ ਦਿੰਦੀ ਹੈ ਕੁਦਰਤੀ ਆਫਤ ਹੈ ਪਰ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦਾ ਹੁਣ ਜਿਹੜੀਆਂ ਤਰਪਾਲਾ ਵੰਡੀਆਂ ਗਈਆਂ ਹਨ ਇਹ ਇਹੀ ਕੋਸ਼ਿਸ਼ ਹੈ ਕਿ ਜੇ ਕਿਤੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਉਹਦੀ ਪਹਿਲੀ ਪ੍ਰਕਾਸ਼ਨ ਲੈ ਲਈ ਜਾਵੇ ਇਕਬਾਲ ਜੀ ਨੇ ਇੱਕ ਵਾਰੀ ਮੈਂ ਗੱਲ ਕਰਨ ਲਈ ਹਟਿਆਲਾਪੇਟ ਏਰੀਆ ਵਿੱਚ ਅਸੀਂ ਮੌਜੂਦ ਹਾਂ ਇਕਬਾਲ ਜੀ ਤੁਹਾਡਾ ਨਾਲ ਗੱਲ ਕਰ ਮੈਂ ਨਾਲ ਦੀ ਨਾਲ ਪਹਿਲਾਂ ਭੈਣ ਜੀ ਉਹਨਾਂ ਦਾ ਵੀ ਧੰਨਵਾਦ ਕਰ ਦੇਣਾ ਚਾਹੁੰਨਾ ਕਹਿੰਦੇ ਇਹਨਾਂ ਦਾ ਨਾਂ ਭੋਲੀ ਹੈ ਬਲਾਲਪੁਰ ਸਾਹਿਬ ਗੱਲ ਵੀ ਕਰੇ ਸੀਗੇ ਇਹਨਾਂ ਦਾ ਨਾਂ ਹੈ ਬੀਬੀ ਭੋਲੀ ਔਰ ਜਦਵੀ ਬੋਲੀ ਸੱਚੀ ਬੋਲੀ ਕਹਿੰਦੇ ਇਹਨਾਂ ਨੇ ਤਰਪਾਲ ਆਪਣੇ ਲਈ ਕੋਈ ਨਹੀਂ ਰੱਖੀ ਪਹਿਲਾਂ ਵੀ ਸਾਰੇ ਵਿੱਚ ਡਿਸਟ੍ਰੀਬਿਊਟ ਕਰਵਾ ਦਿੱਤੀ ਹੁਣ ਵੀ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਵਿੱਚ ਡਿਸਟ੍ਰੀਬਿਊਟ ਕਰਵਾ ਰਹੇ ਆ ਇਕਬਾਲ ਜੀ ਇਹਨਾਂ ਤੇ ਜੱਜਮੈਨ ਉਹ ਤੇ ਆਪਣੀ ਜਿਹੜੀ ਤੁਹਾਡੀ ਸੇਰ ਸਰਵਿਸ ਚੱਲ ਰਹੀ ਹੈ ਸੇਵਾ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਸੂਰੀ ਸਾਹਿਬ ਜਿਵੇਂ ਸਾਨੂੰ ਪਤਾ ਹੀ ਹੈ ਕਿ ਕੁਦਰਤ ਦਾ ਜਿਹੜਾ ਕਈ ਵਾਰ ਕਹਿਰ ਹੋ ਜਾਂਦਾ ਹੈ ਹਨਾ ਕੁਦਰਤੀ ਜਿਹੜੀਆਂ ਆਫਤਾਂ ਹਨ ਉਹਨਾਂ ਨੂੰ ਆਪਾਂ ਰੋਕ ਤਾਂ ਨਹੀਂ ਸਕਦੇ ਪਰ ਜਿਹੜੇ ਸਾਡੇ ਆਲੇ ਦੁਆਲੇ ਬਹੁਤ ਹੀ ਜ਼ਰੂਰਤਮੰਦ ਲੋੜਵੰਦ ਲੋਕ ਹੈਗੇ ਲੋੜਵੰਦ ਪਰਿਵਾਰ ਹੈਗੇ ਆ ਅਸੀਂ ਉਹਨਾਂ ਦੀ ਮਦਦ ਲਈ ਹੱਥ ਜ਼ਰੂਰ ਵਧਾ ਸਕਦੇ ਆ ਇਸੇ ਲੜੀ ਦੇ ਤਹਿਤ ਆਵਾਜ਼ ਟੀਮ ਹਮੇਸ਼ਾ ਹੀ ਇਨਸਾਨੀਅਤ ਦੇ ਲਈ ਐਂਡ ਲੋੜਵੰਦਾਂ ਦੇ ਲਈ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਵੀ ਆਪਾਂ ਮਦਦ ਕਰ ਸਕੀਏ ਕਰਦੇ ਆਂ ਪਹਿਲਾਂ ਵੀ ਇੱਕ ਦਿਨ ਆਏ ਸੀਗੇ ਸਤਨਾਮ ਅੰਕਲ ਉਹਨਾਂ ਨੇ ਐਂ ਦੱਸਿਆ ਸੀਗਾ ਕਿ ਇੱਥੇ ਜਿਹੜਾ ਹੈਗਾ ਕੱਚੇ ਘਰ ਹੈ ਤੇ ਜਿਹੜੇ ਚੋਰ ਹੈ ਪਹਿਲਾਂ ਵੀ ਆ ਕੇ ਇੱਕ ਤਰਪਾਲ ਨੂੰ ਦੇਖ ਕੇ ਗਏ ਸੀਗੇ ਸੋਤਾ ਸਾਹਿਬ ਮੇਰੇ ਨਾਲ ਸੀਗੇ ਤੇ ਉਸ ਦਿਨ ਕੁਝ ਕਰ ਰਹਿ ਗਏ ਸੀਗੇ ਤੇ ਉਹਦੇ ਲਈ ਜਿਹੜਾ ਹੈਗਾ ਜਿਹੜੇ ਰਹਿਂਦੇ ਘਰ ਹੈਗੇ ਆ ਉਹਨਾਂ ਦੇ ਲਈ ਜਿਹੜਾ ਹੈਗਾ ਅੱਜ ਅਸੀਂ ਸਾਰੇ ਇਹਨਾਂ ਦੀ ਮਰਜ਼ੀ ਦੀ ਦਵਾਈ ਲੈ ਕੇ ਆਏ ਹੋ ਬਿਲਕੁਲ ਜੀ ਕੋਸ਼ਿਸ਼ ਹੈ ਕਿ ਜਿੰਨਾ ਵੀ ਹੋ ਸਕੇ ਆਵਾਜ਼ ਟੀਮ ਵੱਲੋਂ ਆਪਾਂ ਕੋਸ਼ਿਸ਼ ਕਰਦੇ ਆ ਕਿ ਮਦਦ ਕਰ ਸਕੀਏ ਜੀ ਜੀ ਸੋਤਾ ਸਾਹਿਬ ਬਿਮਾਰੀ ਨਜ਼ਰ ਆ ਰਹੀ ਹੈ ਔਰ ਮਰਜ਼ੀ ਦੀ ਦਵਾਈ ਲੈ ਕੇ ਆਏ ਹੋ ਔਰ ਇਹਨਾਂ ਦੀਆਂ ਹੋਰ ਸਾਰੀਆਂ ਬਹੁਤ ਦਿੱਕਤਾਂ ਨੇ ਜਲਾਲਪੁਰ ਸਾਹਿਬ ਨੂੰ ਵੀ ਲਿਸਟ ਬੜੀ ਵੱਡੀ ਹੈ ਇਹਨਾਂ ਦੀ ਲੋਕ ਜਿਹੜੇ ਆਪਣੇ ਪ੍ਰੋਬਲਮਸ ਡਿਸਕਸ ਕਰ ਰਹੇ ਔਰ ਵਨ ਬਾਈ ਵਨ ਇਹਨਾਂ ਨੇ ਕਿਹਾ ਅਸੀਂ ਸੌਟ ਆਊਟ ਵੀ ਕਰਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਸਸੀਕਾਲ ਜੀ ਜੀ ਪਿਛਲੇ ਕਈ ਦਿਨਾਂ ਤੋਂ ਜਿਹੜੀ بارش ਹੋਈ ਸੀ ਉਹਦੇ ਨਾਲ ਇੱਥੇ ਕਾਫੀ ਲੋਕਾਂ ਦਾ ਫਸਲਾਂ ਦਾ ਵੀ ਨੁਕਸਾਨ ਹੋਇਆ ਤੇ بارش ਜ਼ਿਆਦਾ ਹੋਣ ਕਰਕੇ ਮਕਾਨ ਚੋਰੇ ਸੀਗੇ ਇਹਨਾਂ ਨੇ ਸਾਡੇ ਇਕਵਾਲ ਜੀ ਨਾਲ ਸੰਪਰਕ ਕੀਤਾ ਇਕਵਾਲ ਜੀ ਨੇ ਆਵਾਜ਼ ਸੰਸਥਾ ਦੇ ਨਾਲ ਕੀਤਾ ਤਾਂ ਉਹਨਾਂ ਨੇ ਪਹਿਲਾਂ ਵੀ ਤਰਪਾਲਾਂ ਭੇਜੀਆਂ ਸੀ ਤੇ ਅੱਜ ਫੇਰ ਸੇਵਾ ਦੇ ਲਈ ਆਏ ਆ ਤੇ ਜਿੰਨੀ ਸਾਤੋਂ ਵੱਧ ਵੱਧ ਸੇਵਾ ਹੋ ਸਕਦੀ ਇਨਸਾਨੀਅਤ ਦੀ ਅਸੀਂ ਵੱਧ ਤੋਂ ਵੱਧ ਸੇਵਾ ਕਰਾਂਗੇ ਜੀ ਉਹ ਸੋਤਾ ਸਭ ਕਿਹਾ ਜਾਂਦਾ ਨਾ ਕਿ ਜਦੋਂ ਚੀਜ਼ਾਂ ਟੁੱਟ ਜਾਂਦੀਆਂ ਉਦੋਂ ਬਹੁਤ ਦੁੱਖ ਲੱਗਦਾ ਚਾਹੇ ਨੀਂਦ ਹੋਵੇ ਚਾਹੇ ਉਮੀਦ ਹੋਵੇ ਇਹਨਾਂ ਦੀ ਉਮੀਦ ਟੁੱਟੀ ਸ਼ੋਰ ਉਹਨੂੰ ਤੁਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਜਲਾਲਪੁਰ ਸਾਹਿਬ ਸਾਡੇ ਨਾਲ ਨੇ ਚੇਅਰਮੈਨ ਸਾਹਿਬ ਜਦੋਂ ਇੱਥੇ ਪਹੁੰਚੇ ਆ ਕਿਉਂਕਿ ਆਫ ਕੈਮਰਾ ਸੀ ਜਿੰਨਾ ਵੀ ਦੇਖਿਆ ਕਿ ਲੋਕ ਬਹੁਤ ਸਾਰੀ ਵੱਡੀ ਲਿਸਟ ਲੈ ਕੇ ਪਹੁੰਚਦੇ ਆ ਨਾਲ ਦੀ ਨਾਲ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਹਿੰਦੇ ਕਿ ਤੁਸੀਂ ਇੱਥੇ ਪਹੁੰਚੇ ਤੁਸੀਂ ਸਾਡੀ ਸਾਰ ਲਈ ਹੈ ਸਾਡੀ ਬਾਹ ਫੜੀ ਹੈ ਬਹੁਤ ਸ਼ਲਾਘਾ ਕਰਦੇ ਹਾਂ ਤੁਹਾਡੀ ਕਿਉਂਕਿ ਜਦੋਂ ਆਮ ਪਬਲਿਕ ਦੇ ਜਿਵੇਂ ਸਰ ਉਹਨਾਂ ਨੇ ਕਿਹਾ ਸੀਗਾ ਤੁਹਾਨੂੰ ਜਿਹੜੇ ਸ਼ਬਦ ਮੈਂ ਬੋਲ ਰਿਹਾ ਤਾਂ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਸਰਕਾਰ ਚ ਵੀ ਉਹ ਆਵਾਜ਼ ਸੰਸਥਾ ਦੇ ਫਾਊਂਡਰ ਮੈਂਬਰ ਵੀ ਹੋ ਔਰ ਇਹਨਾਂ ਦਾ ਸਾਥ ਵੀ ਦੇ ਰਹੇ ਆ ਸਭ ਤੋਂ ਪਹਿਲਾਂ ਤਾਂ ਫਿਰ ਤੁਹਾਡਾ ਤਰਨਾਨਾ ਕਰਦਾ ਹਾਂ ਜੀ ਤੁਸੀਂ ਆਪ ਇਹ ਕਸ਼ਟ ਕੀਤਾ ਲੋਕਾਂ ਦੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਮੀਡੀਆ ਦਾ ਮੈਨੂੰ ਲੱਗਦਾ ਕਿ ਬਹੁਤ ਵੱਡਾ ਰੋਲ ਰਿਹਾ ਹੈ ਇਸ ਜਿਹੜੀ ਕੁਦਰਤੀ ਆਫਤ ਹੈ ਜਦੋਂ ਪਹਿਲੀ ਵਾਰੀ ਅਸੀਂ ਮੈਂ ਵੀ ਕਿਸੇ ਚੈਨਲ ਤੇ ਦੇਖੀ ਸੀਗੀ ਵੀਡੀਓ ਉਹ ਕਹਿੰਦਾ ਕਿ ਸਾਡੇ ਦੂਗੜੀ ਪਿੰਡ ਤੋਂ ਕਿ ਸਾਡੇ ਕੋਲ ਪ੍ਰਸ਼ਾਸਨ ਸਾਨੂੰ ਇਹ ਤਾਂ ਪਿਆ ਦੇਵੇ ਟਾਈਮ ਤੱਕ ਫਿਰ ਸਵੇਰ ਤੋਂ ਸ਼ਾਮ ਹੋ ਗਈ ਸੀ ਤੇ ਉਹ ਕਹਿੰਦੇ ਨਹੀਂ ਤੇ ਉਸੇ ਟਾਈਮ ਮੈਂ ਬੇਨਤੀ ਕੀਤੀ ਆਵਾਜ਼ਾਂ ਸੰਸਾਨੂੰ ਮੇਰਾ ਖਿਆਲ ਹੈ ਇੱਕ ਤੋਂ ਡੇਢ ਘੰਟੇ ਦੇ ਵਿੱਚ ਉਹ ਕੰਗਣਾਪੁਲਤੀ ਲੈ ਕੇ ਪਹੁੰਚ ਕੇ ਸੀਗੇ ਕਿ ਆਓ ਜੀ ਅਸੀਂ ਜਾ ਕੇ ਉਹਨਾਂ ਦੇਖ ਕੇ ਆਏ ਉਸ ਤੋਂ ਬਾਅਦ ਮੈਂ ਬੇਨਤੀ ਕੀਤੀ ਕਿ ਮੈਂ ਕਾਫੀ ਬਿਜ਼ੀ ਐ ਵੀ ਤੁਹਾਨੂੰ ਮੈਂ ਦੇ ਦੇ ਕਰਾਂਗਾ ਲਿਸਤ ਤੁਸੀਂ ਆਪਣੇ ਆਪ ਹੀ ਜਾ ਕੇ ਅੱਗੇ ਦੇ ਦਿਓ ਫਿਰ ਇਹ ਇੱਥੋਂ ਬੀਬੀ ਭੋਲੀ ਸਾਨੂੰ ਮਿਲੀ ਛੋਟਿਆਲਾ ਦੇ ਬਾਹਰਲੇ ਪਾਸੇ ਸਸਨਗਰ ਦੇ ਕੋਲ ਇਹ ਦੱਸਿਆ ਵੀ ਸਾਡੇ ਤੋਂ ਸਾਰੀ ਬਹੁਤ ਜੀ ਪੂਰੀ ਬਸਤੀ ਹੈ ਇਹਦੇ ਘਰ ਚ ਹੁੰਦੇ ਆ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਤਾਂ ਇਕਵਾਲ ਜੀ ਤੇ ਉਹਨਾਂ ਨਾਲ ਟੀਮ ਇਥੇ ਲਗਭਗ ਕਾਫੀ ਹਫ਼ਤੇ ਦੇ ਕੇ ਆਏ ਲੇਕਿਨ ਫਿਰ ਵੀ ਬਹੁਤ ਲੋਕ ਰਹਿ ਗਏ ਸੀ ਫਿਰ ਦੁਬਾਰਾ ਇਹਨਾਂ ਦਾ ਫੋਨ ਆਇਆ ਤਾਂ ਅੱਜ ਫਿਰ ਲੈ ਕੇ ਇਹਨਾਂ ਕੋਲ ਪਹੁੰਚੇ ਸੋ ਮੈਂ ਦਿਨੋਂ ਧੰਨਵਾਦ ਕਰਦਾ ਹੈ ਅਵਾਜ਼ ਟੀਮ ਦਾ ਇੱਕ ਤਰ੍ਹਾਂ ਦੀ ਪ੍ਰਿਕਾਸ਼ਨ ਇਹ ਹੈ ਕਿ ਜੇ ਆਉਣ ਵਾਲੇ ਸਮੇਂ ਬਿਲਕੁਲ ਜੀ ਬਿਲਕੁਲ ਕਿਉਂਕਿ ਬਰਸਾਤ ਤਾਂ ਹਜੇ ਸ਼ੁਰੂ ਹੋਈ ਹੈ ਹਜੇ ਕਾਫੀ ਹੋਰ ਵੀ ਹੋ ਸਕਦੀ ਹੈ ਗੱਲ ਇਹ ਹੀ ਹੈ ਕਿ ਅਸੀਂ ਕੁਝ ਨੁਕਸਾਨ ਬਹੁਤ ਜ਼ਿਆਦਾ ਹੋ ਜਾਵੇ ਉਸ ਤੋਂ ਬਾਅਦ ਕਰੀਏ ਜੇ ਉਹ ਪਹਿਲੇ ਲੋਕ ਲੈ ਜਾਵੇ ਤਾਂ ਉਹ ਜਿਹੜਾ ਲੱਖਾਂ ਦਾ ਨੁਕਸਾਨ ਹੈ ਉਹ ਹਜ਼ਾਰਾਂ ਦੇ ਵਿੱਚ ਤਬਦੀਲ ਹੋ ਸਕਦਾ ਉਸੇ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਘਰ ਬਾਲਿਆਂ ਦੇ ਜਿਹੜੇ ਪਹਿਲਾਂ ਵੀ ਚੋਏ ਹੈ ਵੀ ਉਹ ਘੱਟੋ ਘੱਟ ਉਹਨਾਂ ਟਕਲੈਂਡ ਤੇ ਆਉਣ ਵਾਲੇ ਟਾਈਮ ਤੇ ਹੋਰ ਕੋਈ ਨੁਕਸਾਨ ਨਾ ਹੋਵੇ ਔਰ ਉਹ ਜਿਹੜੀ ਜ਼ਰੂਰਤਾਂ ਦੀ ਉਹ ਪੂਰੀ ਹੋ ਸਕੇ ਸੋ ਇੱਕ ਵਾਰ ਬਹੁਤ-ਬਹੁਤ ਧੰਨਵਾਦ ਆਵਾਜ਼ ਟੀਮ ਦਾ ਜੀ ਅ ਬੇਸ਼ੱਕ ਮੈਂ ਵੀ ਆਵਾਜ਼ ਟੀਮ ਦਾ ਜਦੋਂ ਆਵਾਜ਼ ਬਣੀ ਹੈ ਸਾਡੇ ਪਿੰਡ ਤੋਂ ਸ਼ੁਰੂ ਹੋਈ ਸੀਗੀ ਔਰ ਮੈਨੂੰ ਮਾਣ ਹੈ ਅੱਜ ਬਹੁਤ ਸਾਰੇ ਲੋਕ ਜਿਹੜੇ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਇਹ ਮਦਦ ਦੇ ਕਰ ਚੁੱਕੇ ਆ ਦੋ ਦਿਨ ਪਹਿਲਾਂ ਵੀ ਸਾਡੇ ਇੱਕ ਡੈੱਡ ਬੋਡੀ ਆ ਉਹ ਵਧਾਈ ਉਹ ਯਲਾਚ ਪਜਾਈ ਜੀ ਅ ਬਹੁਤ ਸਾਰਾ ਯੋਗਦਾਨ ਹੈ ਆਵਾਜ਼ ਟੀਮ ਦਾ ਜੇ ਗਿਣਨ ਲੱਗੀ ਤਾਂ ਸ਼ਾਇਦ ਉਹ ਉਹਨੇ ਕੰਮ ਨਾ ਗਿਣ ਹੋਣ ਜੀ ਜੀ ਜਿੰਨੇ ਕਰਦੇ ਆ ਸੋ ਇਨਸਾਨੀਅਤ ਇਹਨਾਂ ਨੇ ਜਿੰਨੀਆਂ ਵੀ ਆਪਣੀਆਂ ਗੱਡੀ ਐ ਉੱਤੇ ਵੀ ਲਿਖਿਆ ਹੋਇਆ ਇਨਸਾਨੀਅਤ ਜਿੰਦਾਬਾਦ ਜੀ 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 ਇਨਸਾਨੀਅਤ ਦੇ ਤੌਰ ਤੇ ਜਿਹੜਾ ਕੰਮ ਹੋ ਰਿਹਾ ਹੈ ਉਹਦੇ ਨੂੰ ਕਰਕੇ ਛੋੜੀ ਮਨ ਨੂੰ ਸੰਤਸ਼ਟੀ ਹੁੰਦੀ ਹੈ ਮੈਂ ਬੇਨਤੀ ਕਰਾਂਗਾ ਬਾਕੀ ਜਿੰਨੀਆਂ ਹੋਰ ਵੀ ਐਨ ਜੀਓ ਹੈਗੀਆਂ ਇਹ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਹੈ ਕਿ ਦਿਖਾਣਾ ਹੈ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਸਾਨੂੰ ਦੇਖ ਕੇ ਹੋਰ ਵੀ ਜੜੀਆਂ ਸੰਸਥਾ ਮੈਂ ਉਹ ਵੀ ਥੋੜੀਆਂ ਅੱਗੇ ਆਣ ਹੋਰ ਦਾਨੀਪੁਸ਼ ਅੱਗੇ ਆਣ ਉਹ ਆ ਕੇ ਲੋਕਾਂ ਦੀ ਹੈਲਪ ਕਰਨ ਅ ਮਕਸਦ ਸਿਰਫ ਇਹ ਹੈਗਾ ਜੀ ਚੇਅਰਮੈਨ ਸਾਹਿਬ ਤੁਸੀਂ ਮਿਹਨਤ ਕਰ ਰਹੇ ਹੋ ਔਰ ਇਹਨਾਂ ਨੇ ਵੀ ਜਿਵੇਂ ਆਫ ਕੈਮਰਾ ਕੇ ਹੁਣ ਵੀ ਮੈਨੂੰ ਇਸ਼ਾਰਾ ਕਰ ਰਹੇ ਕਹਿੰਦੇ ਕਿ ਮੈਂ ਗੱਲ ਜ਼ਰੂਰ ਕਰਨੀ ਚਾਹੁੰਨਾ ਜੀ ਸਾਡੇ ਸਰਕਲ ਚ ਚਾਰਜ ਹੈ ਜੈਮਲ ਜੀ ਹੱਡੋਂ ਤੋਂ ਤੇ ਇਹਨਾਂ ਦੇ ਗਵਾਂਢੀ ਪਿੰਡ ਦੇ ਹੈਗੇ ਜੂਰ ਦੋਛਾ ਦਿਨਾਂ ਦੇ ਬਿਲੋ ਮੈਂ ਮੈਂ ਪਹਿਲਾਂ ਆਡੀਅנס ਦੱਸਿਆ ਕਿ ਤੁਸੀਂ ਕਹਿ ਰਹੇ ਸੀਗੇ ਕਿ ਮੈਂ ਬਹੁਤ ਖੁਸ਼ ਹਾਂ ਇਹ ਤੁਹਾਡੇ ਸ਼ਬਦ ਜਿ ਕਿ ਤੁਸੀਂ ਸਾਡੀ ਸਾਰ ਲਈ ਜੀ ਕਿ ਪੂਰਾ ਆਡੀਅנס ਨੂੰ ਵੀ ਕਲੀਅਰ ਕਰ ਦੋ ਕੀ ਕਿਹਾ ਸੀ ਉਦੋਂ ਸਤਿ ਸ਼੍ਰੀ ਅਕਾਲ ਜੀ ਜਿਹੜਾ ਇੱਥੇ ਰੱਬ ਰੂਪ ਬਣ ਕੇ ਇਹ ਟੀਮ ਪਹੁੰਚੀ ਹੈ ਇਹ ਗਰੀਬਾਂ ਦੇ ਹਿੱਤ ਵਿੱਚ ਕਿਉਂਕਿ ਗਰੀਬ ਤਾਂ ਗਰੀਬ ਦੀ ਤਾਂ ਅਰਦਾਸ ਹੁੰਦੀ ਹੈ ਇਹ ਸਾਰੇ ਅਰਦਾ ਔਰ ਸੁਣੀ ਕਿਨੇ ਪਰਮਾਤਮਾ ਨੇ ਪਰਮਾਤਮਾ ਕੇ ਚਵਜਾ ਸੂਰੀ ਸਾਹਿਬ ਤੁਹਾਡੇ ਚਵਜਾ ਔਰ ਸਤਨਾਮ ਜਲਾਲਪੁਰੇ ਦੇ ਵਿੱਚ ਵਸਿਆ ਕੋਈ ਵਿਰਲਾ ਹੀ ਐਸਾ ਲੜਾਂਦਾ ਹੈ ਜਿਹੜਾ ਗਰੀਬਾਂ ਦੇ ਹਿੱਤ ਵਿੱਚ ਆ ਕੇ ਸਹਾਈ ਸਹਾਈ ਹੁੰਦਾ ਹੈ ਅੱਜ ਜਿੰਨੀ ਗਰੀਬ ਜੰਦਾ ਖੜੀ ਹੈ ਇਹ ਪਰਮਾਤਮਾ ਦੀ ਦੇਣ ਹੈ ਜੋ ਪਾਣਾ ਵਰਤਿਆ ਹੈ بارش ਕਰਨ ਜਿੰਨਾ ਫਲੱਡ ਜੋ ਵੀ ਆਇਆ ਹਾਲ ਦੀ ਘੜੀ ਤਾਂ ਬਹੁਤ ਮਾੜਾ ਹਾਲ ਹੈ ਫਿਰ ਵੀ ਛੱਤ ਲਈ ਤਰਪਾਲਾਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੂਰੀ ਸਾਹਿਬ ਆਬ ਖਬਰਾਂ ਖਬਰਾਂ ਜੀ ਜੀ ਲੇਕਿਨ ਮੈਂ ਇੱਕ ਗੱਲ ਅਰਦਾਸ ਕਰਦਾ ਕਿ ਸੂਰੀ ਸਾਹਿਬ ਤੁਹਾਡੇ ਚੈਨਲ ਦਾ ਜਿੰਦਾਬਾਦ ਧੰਨਵਾਦੀ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਜੀ ਵੈਸੇ ਚੀਜ਼ਾਂ ਨਾ ਮਿਲਣ ਤੋਂ ਪਹਿਲਾਂ ਤੇ ਗਵਾਚਣ ਤੋਂ ਬਾਅਦ ਬਹੁਤ ਕੀਮਤੀ ਹੁੰਦੀਆਂ ਤੁਸੀਂ ਇਹਨੂੰ ਸਾਹਮਣੇ ਰੱਖੋ ਤੁਹਾਡੀ ਜਾਨ ਬਹੁਤ ਕੀਮਤੀ ਔਰ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਹੈ ਕਹਿੰਦੇ ਤੁਰ ਜਾਣਾ ਚੜੇ ਹੋਏ ਆਪ ਨੇ ਫਿਕਰ ਨਾ ਕਰੋ ਫਿਰ ਤੋਂ ਹਰਾ ਹੋ ਜਾਣਾ ਪੰਜਾਬ ਨੇ ਉਮੀਦ ਕਰਦੇ ਹਾਂ ਕਿ ਦਿਨ ਫਿਰ ਤੋਂ ਚੰਗੇ ਆਉਣ ਔਰ ਹਰੇਕ ਤੇ ਵਾਹਿਗੁਰੂ ਦੀ ਕਿਰਪਾ ਬਣੀ ਰਹੇ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ